ਮੈਂ ਮੁਹੰਮਦ ਅਕਮਲ ਤੁਹਾਡੀ خدمت ਵਿੱਚ حاضر ਹਾਂ ਆਪਣੇ ਦੂਜੇ ਵੀਡੀਓ ਕਾਲਮ ਨਾਲ ਪਰ ਇਹ ਲੋਕ ਕਿ ਐਤ ਕੀ ਤਾਂ ਬਿਜਲੀ ਦੇ ਬਿੱਲ ਨੇ ਕੱਡ ਕੜਾਕੇ ਦਿੱਤੇ ਨੇ ਉੱਡੀ ਤਾਂ ਮੇਰੀ ਪੈਨਸ਼ਨ ਨਹੀਂ ਆਈ ਜਿੰਨਾ ਬਿਜਲੀ ਦਾ ਬਿੱਲ ਆ ਗਿਆ ਹੈ ਪਤਾ ਨਹੀਂ ਮੈਂ ਤਾਂ ਸਾਰਾ ਦਿਨ ਲੇਟਾਂ ਬੰਦ ਕਰਦੀ ਕਰਦੀ ਥੱਕ ਜਾਂਦੀ ਆ ਪਰ ਨਿਆਣੇ ਸੁਣਦੇ ਹੀ ਨਹੀਂ ਸਾਰੀਆਂ ਚੀਜ਼ਾਂ ਚਲਦੀਆਂ ਛੱਡ ਕੇ ਟੁੱਟ ਜਾਂਦੇ ਨੇ ਉਪਰੋਂ ਤੁਸੀਂ ਵੀ ਸਾਰਾ ਦਿਨ ਟੀਵੀ ਲਾਈ ਰੱਖਦੇ ਹੋ ਇਹ ਟੀਵੀ ਕਿਹੜਾ ਪਾਣੀ ਤੇ ਚੱਲਦਾ ਹੈ ਇਹ ਵੀ ਤਾਂ ਬਿਜਲੀ ਖਾਂਦਾ ਹੈ ਉਹ ਬੰਦਾ ਟੀਵੀ ਵੀ ਨਾ ਦੇਖੇ ਤੇ ਇੱਧਰ ਉੱਧਰ ਦੀਆਂ ਖਬਰਾਂ ਦਾ ਕੀ ਪਤਾ ਚੱਲੇ ਮੁਲਕ ਵਿੱਚ ਕੀ ਹੋ ਰਿਹਾ ਹੈ ਤੇ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਟੀਵੀ ਨਾ ਲਾਈਏ ਤੇ ਕਿਵੇਂ ਪਤਾ ਲੱਗੇ ਐਸ ਟੁੱਟ ਪੈਣੀ ਸਿਆਸਤ ਦਾ ਖਹਿੜਾ ਛੱਡ ਦਿਓ ਤੇ ਕੋਈ ਆਪਣੇ ਕੰਮ ਕਾਜal ਵੀ ਧਿਆਨ ਕਰ ਲੋ ਦੇਣੇ ਨੂੰ ਬਿਜਲੀ ਦੇ ਬਿੱਲ ਵਾਲੇ ਪੈਸੇ ਨਹੀਂ ਤੇ ਕਰਨੀ ਹੈ ਸਿਆਸਤ ਜੇਬ ਚ ਨਹੀਂ ਹੈ ਤੇਲਾ ਤੇ ਕਰਦੀਆਂ ਮੇਲਾ ਮੇਲਾ ਉਹ ਬੱਸ ਕਰਦੇ ਹੁਣ ਮੇਰੇ ਟੀਵੀ ਦੇ ਪਿੱਛੇ ਪਈਆਂ ਤੈਨੂੰ ਤਾਂ ਪਤਾ ਮੈਨੂੰ ਸਿਆਸਤ ਤੋਂ ਲਾਵਾਂ ਮੇਰੇ ਛੋਰ ਕੋਈ ਬੁਰੀ ਆਦਤ ਨਹੀਂ ਹੈ ਚੱਲ ਤੈਨੂੰ ਮੈਂ ਇੱਕ ਸ਼ੁਕਰ ਵਾਲੀ ਗੱਲ ਸੁਣਾਵਾਂ ਰਾਤੀ ਮੈਂ ਸੁਤਾ ਸੀਗਾ ਤੇ ਇੱਕ ਅਜੀਬ ਜਿਹਾ ਖਾਬ ਦੇਖਿਆ ਕਿ ਮੈਂ ਜਾਤੀ ਉਮਰੇ ਚਲਾ ਗਿਆ ਤੇ ਉੱਥੇ ਮਰੀਮ ਨਵਾਦ ਆਪਣੇ 4-5 ਕਰੀਬੀ ਲੋਕਾਂ ਨਾਲ ਬੈਠੀ ਸਲਾਹ ਮਸ਼ਵਰੇ ਕਰ ਰਹੀ ਹੈ ਚਾਚਾ ਜੀ ਵੈਸੇ ਤਾਂ ਚੰਗੇ ਨੇ ਪਰ ਇੱਕ ਗੱਲ ਹੈ ਕਿ ਜਦੋਂ ਵੀ ਮੰਮੀਆ ਸਾਹਿਬ ਦੀ ਵਾਪਸੀ ਦੀ ਗੱਲ ਕਰਦੀਆਂ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਨੇ ਕਦੀ ਕਹਿੰਦੇ ਨੇ ਉਹ ਨਹੀਂ ਮੰਨਦੇ ਕਦੀ ਕਹਿੰਦੇ ਨੇ ਮੀਆਂ ਸਾਹਿਬ ਨੂੰ ਉਦੋਂ ਬੁਲਾਵਾਂਗੇ ਜਦੋਂ ਇਲੈਕਸ਼ਨ ਲੱਗ ਕੇ ਆ ਜਾਣਗੇ ਇਲੈਕਸ਼ਨਾਂ ਵਿੱਚ ਪਾਈ ਜਾਂਦੀ ਜ਼ਿਆਦਾ ਲੋਡ ਹੋਣੀ ਹੈ ਲੇਕਿਨ ਗੱਲ ਜੋ ਵੀ ਹੋਏ ਮੀਆਂ ਸਾਹਿਬ ਦੀ ਵਾਪਸੀ ਅੱਗੇ ਤੋਂ ਅੱਗੇ ਟੁਰੀ ਜਾ ਰਹੀ ਹੈ ਪਿਛਲੇ ਦਿਨਾਂ ਮੀਆਂ ਸਾਹਿਬ ਨੇ ਚਾਚਾ ਜੀ ਨੂੰ ਲੰਡਨ ਬੁਲਾਇਆ ਤੇ ਉੱਥੇ ਵੀ ਨਹੀਂ ਗਏ ਕਹਿੰਦੇ ਮੇਰੇ ਲੱਕ ਪੀੜ ਦੀ ਵਜ੍ਹਾ ਤੋਂ ਡਾਕਟਰਾਂ ਨੇ ਮਨਾ ਕਰ ਦਿੱਤਾ ਹਵਾਈ ਸਫ਼ਰ ਨੂੰ ਗੱਲ ਤਾਂ ਹੈ ਪਰ ਇੱਕ ਹੋਰ ਵੀ ਰੋਲਾ ਹੈ ਕਿ ਜਦੋਂ ਸਾਊਦੀ ਅਰਬ ਜਾਂ ਚైనా ਜਾਂਦੇ ਨੇ ਉਦੋਂ ਤੇ ਲੱਤ ਪੀੜ ਇਹਨਾਂ ਨੂੰ ਕੋਈ ਨਹੀਂ ਕਹਿੰਦੀ ਖੈਰ ਮੈਂ ਤਾਂ ਪਹਿਲੇ ਵੀ ਸ਼ੱਕ ਸੀਗਾ ਪਰ ਹੁਣ ਤਾਂ باوجود ਨਹੀਂ ਉਹ ਥੋੜਾ ਯਕੀਨ ਹੁੰਦਾ ਜਾ ਰਿਹਾ ਹੈ ਕਿ ਚਾਚਾ ਸ਼ਬਾਦ ਚੁੱਪਚੀਤੇ ਆਪਣੀ ਨੌਕਰੀ ਲੰਬੀ ਕਰਦਾ ਜਾ ਰਿਹਾ ਹੈ ਉਪਰੋਂ ਹੰਦਾ ਵੀ ਅੰਦਰੋਂ ਅੰਦਰੀ ਗਰੁੱਪਿੰਗ ਕਰਦਾ ਜਾ ਰਿਹਾ ਹੈ ਐਮਪੀਰ ਨੂੰ ਬੁਲਾ ਕੇ ਕਹਿੰਦਾ ਹੈ ਕਿ ਮੇਰੀ ਦੂਜੇ ਪਾਸੇ ਵਾਵਾ ਗੱਲਬਾਤ ਹੈ ਤੇ ਜਦੋਂ ਵੀ ਕਿਤੇ ਦਾਅ ਲੱਗਾ ਪ੍ਰਵੇਸ਼ ਲਾਈਨ ਨੂੰ ਟਾ ਕੇ ਤੇ ਮੈਂ ਅਬ ਵਦੀਰੇਆਲਾ ਬਣ ਜਾਾਂਗਾ। ਖੈਰ ਇਹ ਤਾਂ ਵਦੀਰੇਆਲਾ ਬਣ ਜਾਏ। ਮੇਰਾ ਕਿਹੜਾ ਇਹਦੇ ਨਾਲ ਕੋਈ ਮੁਕਾਬਲਾ ਹੈ? ਮੈਂ ਤਾਂ ਪ੍ਰਾਈਮ ਮਿਨਿਸਟਰ ਬਣਾਂ। ਪਰ ਇਹ ਗੱਲ ਉਦੋਂ ਹੀ ਬਣੇਗੀ ਜਦੋਂ ਚਾਚਾ ਜੀ ਵਜ਼ਾਰਤ ਤੇ ਉਸਮਾਂ ਦੀ ਜਾਨ ਛੱਡਣਗੇ। ਦੂਜਾ ਤਲਾਲ ਮੇਰੀ ਗਲ ਸੁਣ ਬਾਊ। ਆਪਣੀ ਜ਼ਬਾਨ ਤੇ ਜ਼ਰਾ ਕਾਬੂ ਪਾ। ਐਥੇ ਜ਼ਬਾਨ ਦੀ ਵਜ੍ਹਾ ਤੋਂ ਤੂੰ ਅਪ ਵੀ ਨਾਹਹਿਲ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਵੀ ਹੁਣ ਦੁਬਾਰਾ ਨਾਹਹਿਲ ਕਰਾਏਗਾ। ਤੇਰੇ ਵਾਸਤੇ ਮੀਆਂ ਸਾਹਿਬ ਨੇ ਖਾਸ ਲੰਡਨ ਤੋਂ ਪੱਗਾਮ ਭੇਜ ਦਿਆ ਹੈ ਕਿ ਇਹਨੂੰ ਚੁੱਪ ਕਰਾਓ ਉਹਨਾਂ ਨੇ ਕਿਹਾ ਕਿ ਜੇ ਵਾਈ ਵਿਜੀ ਕਰਨੀ ਹੋਏ ਤੇ ਦਰਾਇਤ ਵਾਲਿਆਂ ਨਾਲ ਬਗਾੜੀ ਦੀ ਨਹੀਂ ਹੁੰਦੀ ਬਲਕਿ ਬਣਾ ਕੇ ਰੱਖੀਦੀ ਹੈ ਤੇ ਮੈਨੂੰ ਹੁਣ ਇਹ ਦੁਬਾਰਾ ਨਾ ਕਹਿਣਾ ਪਏ ਬਾਕੀ ਇੱਕ ਦਫਾ ਜਦੋਂ ਮੈਂ ਵਜ਼ੀਰ ਆਜ਼ਮ ਬਣ ਗਈ ਫਿਰ ਤੁਸੀਂ ਦੇਖਣਾ ਮੈਂ ਕਰਦੀ ਕੀ ਆ ਆਮ ਨੂੰ ਹਰ ਸ਼ਾਇਦ ਤਕਰੀਬਨ ਮੁਫਤੀ ਮਿਲੇਗੀ ਤੇ ਹਰ ਪਾਸੇ ਦੋਤ ਤੇ ਸ਼ਾਇਦ ਦੀਆਂ ਨਹਿਰਾਂ ਬਹਾਦਿਆਂ ਗਿਆ ਐਂ ਜੁਕੂਮਤ ਕਰਾਂਗੀ ਕਿ ਲੋਕੀ ਬੇਨਦੀਰ ਨੂੰ ਭੁੱਲ ਜਾਣਗੇ ਬੇਨਦੀਰ ਜਦੋਂ ਵੀ ਮੈਨੂੰ ਯਾਦ ਆਂਦੀ ਹੈ ਨਾ ਮੇਰਾ ਦਿਲ ਕਰਦਾ ਲੋਕੀ ਮੈਨੂੰ ਐਂ ਜੀ ਯਾਦ ਕਰਨ ਜੇ ਮੈਂ ਬੇਨਦੀਰ ਹਾਂ ਚਲੋ ਮੇਰੀ ਏਡੀ ਅੰਗਰੇਜ਼ੀ ਤੇ ਚੰਗੀ ਨਹੀਂ ਲੇਕਿਨ ਬਾਕੀ ਕੰਮ ਤਾਂ ਮੈਂ ਕਰ ਹੀ ਸਕਤੀ ਹਾਂ ਤੇ ਤੁਸੀਂ ਇਹ ਬਿਆਨੀਆਂ ਹੁਣ ਉਸੇ ਤਰ੍ਹਾਂ ਚਲਾਣਾ ਜਿਸ ਤਰ੍ਹਾਂ ਖਾਨ ਦੇ ਲੋਕ ਬਿਆਨੀਆਂ ਚਲਾਉਂਦੇ ਨੇ ਇਹ ਬਿਆਨੀਆਂ ਚਲੇਗਾ ਤੇ ਲੋਕੀ ਕੋਈ ਸਾਡੇ ਹਲ ਆਣਗੇ ਵਰਨਾ ਤਾਂ ਕੋਈ ਮੂਆ ਇਧਰ ਮੁਰਦਾ ਹੀ ਨਹੀਂ ਸਾਡੇ ਹਲ ਬਾਕੀ ਇਹ ਸਾਰੇ ਕੰਮ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤੁਹਾਡਾ ਰੋਲਾ ਨਹੀਂ ਹੈ ਜੱਟ ਜਾਣੇ ਜਾਂ ਬਿੱਜੂ ਉਹ ਕਹਿੰਦੇ ਨੇ ਨਾ ਕਿ ਅਸਾਂ ਕੋਸ਼ਿਸ਼ ਤਾਂ ਬੜੀ ਕੀਤੀ ਅੱਗੇ ਤੇਰੇ ਭਾਗ ਲੱਛੀਏ ਆਖਰੀ ਗੱਲ ਪ੍ਰਵੇਸ਼ ਰਸ਼ੀਦ ਸਾਹਿਬ ਨੂੰ ਅੱਥੀ ਹੁਣ ਦੁਬਾਰਾ ਵਜ਼ੀਰੇ ਇਤਲਾਅਤ ਬਣਾਣਾ ਹੈ ਤੇ ਇਸ ਲਈ ਸਮਝ ਲਓ ਕਿ ਜਿਹੜੀ ਗੱਲ ਉਹ ਨਾਲੋਂ ਆਏ ਨਾ ਉਹ ਸਮਝੋ ਕਿ ਉਹ ਮੇਰੇ ਵੱਲੋਂ ਹੀ ਆਈ ਹੈ ਪ੍ਰਵੇਸ਼ ਸਾਹਿਬ ਸ਼ੇਰ ਚੰਗੇ ਪੜ ਲੈਂਦੇ ਨੇ ਤੇ ਸਾਡਾ ਹੱਥ ਇਸ ਪਾਸੇੋਂ ਤੰਗ ਹੀ ਆ ਸ਼ੇਰਾਂ ਵੇ ਤੁਹਾਨੂੰ ਪਤਾ ਚੰਗੀ ਭਲੀ ਕੋੜੀ ਗਾਲ ਵੀ ਬੰਦਾ ਪੋਲੇ ਜੇ ਮੂੰਹ ਨਾ ਕਰਕੇ ਅੱਗੇ ਨਿਕਲ ਜਾਂਦਾ ਹੈ ਇਹਦੇ ਨਾਲ ਹੀ ਹਰ ਪਾਸੇ ਮੀਆਂ ਦੇ ਨਾਰੇ ਵਜਣਗੇ ਤੇ ਵਜ਼ੀਰ ਆਜ਼ਮ ਮਰੀਮ نواز ਦੇ ਨਾਰੇ ਲੱਗਣ ਲੱਗ ਪਏ ਇਹਨਾਂ ਨਾਰਿਆਂ ਦੇ ਰੋਲੇ ਵਿੱਚ ਹੀ ਮੇਰੀ ਅੱਖ ਖੁੱਲ ਗਈ ਇਹਦੇ ਨਾਲ ਹੀ ਹਰ ਪਾਸੇ ਮੀਆਂ ਦੇ ਨਾਰੇ ਵਜਣਗੇ ਤੇ ਵਜ਼ੀਰ ਆਜ਼ਮ ਮਰੀਮ نواز ਇਹ ਨਾਰੇ ਲੱਗਣ ਲੱਗ ਪਏ ਇਹ ਨਾਰਿਆਂ ਦੇ ਰੋਲੇ ਰੱਪੇ ਵਿੱਚ ਹੀ ਮੇਰੀ ਅੱਖ ਖੁੱਲ ਗਈ ਖਾਬ ਵਿੱਚੋਂ ਤਾਂ ਤੁਹਾਡੀ ਅੱਖ ਖੁੱਲ ਗਈ ਪਰ ਉਂਝ ਵੀ ਆਪਣੀਆਂ ਅੱਖਾਂ ਖੋਲੋ ਤਾਜੇ ਦਿਨ ਦੀ ਖੁਆਬਾਂ ਦੇ ਸਾਰੇ ਨਹੀਂ ਚਲਦੀ ਸਿਆਸਤ ਛੱਡੋ ਤੇ ਕਾਮਕਾਰਾਂ ਨੂੰ ਵੀ ਕੋਈ ਧਿਆਨ ਦੋ ਤਾਜੇ ਸਾਡੀ ਜ਼ਿੰਦਗੀ ਵੀ ਕੋਈ ਖੁਸ਼ਹਾਲ ਹੋਏ ਅੱਛਾ ਅੱਛਾ ਕੰਮ ਵੀ ਕਰ ਲੈਂਦੇ ਆ ਸਾਰੀ ਜ਼ਿੰਦਗੀ ਕੰਮ ਕਰਕੇ ਹੀ ਗੁਜ਼ਾਰੀ ਆ ਉਨ ਜੀ ਤੂੰ ਰਹਿੰਦੀ ਰਹਿੰਦੀ ਆ ਇਹਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ ਕਿਉਂਕਿ ਮੇਰੀ ਸ਼ੁਰੂ ਹੋ ਗਈ ਹੈ ਤੁਲਾਈ ਆਪਣਾ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਰੱਖੋ ਖਿਆਲ ਅਗਲੇ ਹਫਤੇ ਦੁਬਾਰਾ ਮਿਲਾਂ ਇੱਕ ਨਵੇਂ ਵੀਡੀਓ ਕਾਲਮ ਦੇ ਨਾਲ ਅੱਲਾ ਬੇਲੀ